सत श्रीकाल भी सारे स्वागत करते हैं एक होर नवी वीडियो के जिमें पिछे देख ही लिया सीरीज शुरू हो गई उद्याली ला देंगे अभी बी आगे चलाइए ये ला दें पहले माड़ा जहाँ शुरू किया जी तो नहीं नहीं तो मित्रों आप जिम्मे सू वादा किया प्रोजेक्टर आप लिया तो आप इंस्टॉल करते हैं आप आ गए नूर के घर तो दोनों ट्रैक्टर खड़े ने अंदर तो भाई हूँ अच्छ मसा वेले से दो दिन मेहनत तो नहीं कराई चेहरे से ग्लो नहीं सही हाँ ਉਹਰੇ ਆਟੋ ਫੋਕਸ ਆ ਪਤਾ ਨਹੀਂ ਪੁਰਾਣਾ ਸੈਟ ਆ ਦੇਲਾ ਮੈਂ ਲਿਬੜਿਆ ਹਾਂ ਹੁਣ ਸਹੀ ਆ ਤੇ ਮਿੱਤਰੋ ਵੀਡੀਓ ਦੇਖੋ ਐਂਡ ਤੱਕ ਤੇ ਜੁੜੇ ਰਹੋ ਤੇ ਆਪਾਂ ਹੁਣ ਕਰਦੇ ਆ ਫਿਰ ਪ੍ਰੋਜੈਕਟਰ ਫਿੱਟ ਤੇ ਤੁਹਾਨੂੰ ਵੀ ਦਿਖਾਵਾਂ ਕਿਵੇਂ ਹੁੰਦੇ ਆ ਤੇ ਯਾਰ ਬੜੇ ਸੋਹਣੇ ਨੇ ਦਿਖਾਉਣੇ ਫਿੱਟ ਕਰਕੇ ਉਹ ਵੀ ਮਿੱਤਰੋ ਬਹੁਤ ਹੀ ਮਿਹਨਤ ਤੋਂ ਬਾਅਦ ਜਿਵੇਂ ਤੁਹਾਨੂੰ ਪਤਾ ਹੈ ਸਦੀਆਂ ਪੁਰਾਣੀਆਂ ਨੇ ਨਾ ਦੇਖੋ ਮੈਲ ਕਿੰਨੀ ਹੈ ਬਹੁਤ ਪੁਰਾਣੀਆਂ ਨੇ ਹਾਂਜੀ 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 ਖੋਲ ਲੀਆਂ ਜੀ ਤੇ ਇਹਦੀ ਬਾਈ ਦੀ ਬਹੁਤ ਮਿਹਨਤ ਲੱਗੀ ਨਾ ਮੈਂ ਤਾਂ ਇੱਧਰ ਬੈਠਾ ਇੰਸਟਾਗ੍ਰਾਮ ਤੇ ਲਾਈਵ ਬੈਠਾ ਸੀਗਾ ਤੇ ਬਾਈ ਨੇ ਬਹੁਤ ਖੋਲੀਆਂ ਪਹਿਲਾਂ ਵੱਢਣ ਦੀ ਕੋਸ਼ਿਸ਼ ਕੀਤੀ ਪਰ ਵੱਢਿਆ ਵੀ ਨਹੀਂ ਗਿਆ ਨਾ ਖੁੱਲਣ ਦੀ ਕੋਸ਼ਿਸ਼ ਕਰੀ ਫਿਰ ਉਹਨੂੰ ਪਿਆਰ ਜਿਹੇ ਨਾਲ ਹਿਲਾਇਆ ਆਪਦੇ ਆਪ ਹੱਥ 'ਚ ਆ ਗਈ ਫਿਰ ਇੱਧਰਲੀ ਵੀ ਆ ਗਈ ਅਤੇ ਕੱਢ ਲਈਆਂ ਅਤੇ ਦੋਨੇ ਫਿੱਟ ਕਰਦੇ ਹਾਂ ਸਟਿੱਕਰ ਵੀ ਚੇਂਜ ਕਰਾਂਗੇ ਬੰਪਰ ਵੀ ਚੇਂਜ ਕਰਾਂਗੇ ਹੱਡ ਵੀ ਲਵਾਵਾਂਗੇ ਨੈੱਕ ਵੀ ਲੱਗੂਗਾ ਪਰ ਹੌਲੀ ਹੌਲੀ ਠੀਕ ਆ ਅਤੇ ਮਿੱਤਰੋ ਆਪਾਂ ਫਿੱਟ ਕਰਕੇ ਤੁਹਾਨੂੰ ਦਿਖਾਉਣੇ ਫਿਰ ਨਾ ਅਤੇ ਜੁੜੇ ਰਹੋ ਬਾਈ ਹੁਣੀ ਲੱਗੇ ਕਰਨ ਉੱਧਰ ਸਮਾਨ ਇਕੱਠਾ ਕਰੀ ਮੈਂ ਤਾਂ ਕੋਲ ਕੋਲ ਕੇ ਛੱਡ ਦੇਣਾ ਵੀਰੇ ਪਿਆਰ ਨਾਲ ਮੈਨੂੰ ਪ੍ਰੋਜੈਕਟਰ ਪਤਾ ਨਹੀਂ ਵੀਰੇ ਕਿੱਥੇ ਤੇ ਲਓ ਵੀ ਮਿੱਤਰੋ ਇੱਕ ਕੰਮ ਥੋੜਾ ਜਿਹਾ ਗਲਤ ਹੋ ਗਿਆ ਗਲਤ ਹੋ ਗਿਆ ਕਿ ਕੀ ਹੋਇਆ ਗਲਤ ਨਹੀਂ ਹੋਇਆ ਇਹ ਵੀਰੇ ਸਾਰੇ ਐਕਸਪੈਰੀਮੈਂਟ ਹੀ ਹੁੰਦੇ ਆ ਅੱਛਾ ਹੁਣ 705 ਜੀ ਕਿਸੇ ਨੇ ਨਹੀਂ ਪਾਇਆ ਹੋਣਾ ਪ੍ਰੋਜੈਕਟਰ ਆਹ ਅੱਛਾ ਪੱਕੀ ਗੱਲ ਆ ਦੱਸ ਤਾਂ ਹੀ ਆ ਇੰਨੇ ਪੁਰਾਣੇ ਜਿਹਾ ਨਹੀਂ ਪਾਇਆ ਤੇ ਮਿੱਤਰੋ ਜਦੋਂ ਆਪਾਂ ਮਤਲਬ ਇਹਦੇ ਲਾਈਟ ਲਾਉਨੇ ਆ ਨਾ ਤਾਂ ਦੇਖੋ ਇੱਕ ਮਿੰਟ ਸ਼ੀਸ਼ਾ ਹੀ ਲਾਦਾ ਸ਼ੀਸ਼ਾ ਨਹੀਂ ਲੱਗਣਾ ਯਾਰ ਇਹਦੇ ਕੰਗਣੀ ਚੜੂਗੀ ਪਰ ਉਹ ਵੀ ਕਿਹੜਾ ਚੱਲਦੀਆਂ ਸੀਗੀਆਂ ਪਰ ਆਪਾਂ ਥੋੜੀ ਜਿਹੀ ਲੁੱਕ ਬਣਾਉਣ ਲਈ करना पैना गा नहीं फिर छोटे प्रोजेक्टर यार पुछ के आप चेंज कर लाँगे बाकी बड़े सोहने लगते हैं चलो देखते हैं बाकी की बनता हूँ कस के देखते हैं भी किमें आता जो वधिया लगे चले फिर तू तो कहेंगा ना यार अच्छा ठीक ने अच्छा और ए डी क्रोम कर दे बाबू चले उन्होंने पर हाँ। आपको ब्लैक स्प्रे नहीं है आ देखो असि हुण ब्लैक स्प्रे साडे कोल है नहीं कि असि चांदी रंगे कर रहे हैं वो क्रोम हो जाएंगे पहला बार के हो जाएंगे हाँ पहला भी क्रोम सी पर ना थोड़ा जा ਉਹ ਲੱਗੀ ਜੰਗਾਲ ਅਤੇ ਕਰ ਲੱਗਿਆ ਬਾਈ ਬਾਈ ਹੁਣ ਅਤੇ ਲਓ ਵੀ ਮਿੱਤਰੋ ਪੁਰਾਣੀਆਂ ਲਾਈਟਾਂ ਆਪਾਂ ਪੱਟਤੀਆਂ ਕਿਉਂਕਿ ਉਹ ਚੱਲਦੀਆਂ ਵੀ ਨਹੀਂ ਸੀਗੀਆਂ ਨਾ ਅਤੇ ਪੱਟਤੀਆਂ ਆ ਪਏ ਆ ਸ਼ੀਸ਼ੇ ਸ਼ੀਸ਼ੇ ਆਪਾਂ ਸਾਂਭ ਲਾਂਗੇ ਪਰ ਆ ਦੇਖੋ ਲੁੱਕ ਆ ਬੰਦ ਕਰੀਆਂ ਬਾਹਰ ਨਾ ਟੁੱਟ ਜਾ ਬੰਦ ਹੋ ਗਈ ਆ ਦੇਖੋ ਇਹ ਸਲੋ ਚੱਲਦੇ ਆ ਦੇਖੋ ਦੇਖੋ ਸਲੋ ਚੱਲਦੇ ਨਾ ਅਤੇ ਆ ਲਾਈਟ ਵੀ ਚੱਲਦੀ ਹੈ ਇਹਦੇ ਵਿੱਚ ਦੇਖੋ ਰੋਸ਼ਨੀ ਦੋਨੇ ਕੰਮ ਕਰਦੇ ਹੈ ਨਾ ਅਤੇ ਬਾਕੀ ਹੋਰ ਦੇਖਦੇ ਕੀ ਕਰਨਾ ਗਾ ਮਿੱਤਰੋ ਇਹਦੇ ਵਿੱਚ ਇੱਕ ਆਹ ਫੰਕਸ਼ਨ ਵੀ ਆ ਫਲੈਸ਼ਰ ਦੇਖੋ ਇਹ ਹਮਾਰੇ ਨੂਰਾ ਭਾਈਜਾਨ ਕੀ ਬਦੌਲਤ ਹੋਇਆ ਇਹ ਸਭ ਜੇ ਹੋਇਆ ਹੈ ਮਿੱਤਰੋ ਇਹ ਹੈਗਾ 94 ਮਾਡਲ ਆਪਣਾ ਇਹਦਾ ਟਰੈਕਟਰ ਆ ਅਤੇ ਇਹਦੀ ਓਰੀਜਨਲ ਆਵਾਜ਼ ਹੀ ਸੁਣਾਉਂਦੇ ਆਪਾਂ ਕੋਈ ਇਹ 'ਚ ਮੋਡੀਫਿਕੇਸ਼ਨ ਨਹੀਂ ਕਰਾਈ ਇੰਜਨ 'ਚ ਦੇਖੋ ਮਿੱਤਰੋ ਇਹ ਓਰੀਜਨਲ ਆਵਾਜ਼ ਹੈ ਜੀ ਅਤੇ ਤੁਹਾਨੂੰ ਪਤਾ ਚਿੜੀ ਲੱਗੀ ਡ੍ਰੋਪ ਆਫ ਜਿਹੜਾ ਸਲਾਂਸਰ ਖੋਲਤਾ ਸੀਗਾ ਅਤੇ ਉਹ ਵੀ ਤੁਹਾਨੂੰ ਆਵਾਜ਼ ਸੁਣਾਉਂਦੇ ਪਰ ਪਹਿਲਾਂ ਮੇਰਾ ਪਰਸਨਲ ਫੇਵਰੇਟ CNH ਤਾਂ ਲੱਗ ਰਿਹਾ ਹੈਗਾ ਕਸੇ ਨਹੀਂ ਆਉਣਾ ਮਾੜਾ ਜਿਹਾ ਤਾਂ ਕਸ ਫੜ ਦਿੰਦਾ ਮੈਂ ਲੈ ਵੀਰੇ ਸਪੇਸਰ ਉਹਦੇ 'ਚ ਦੇਣਾ ਪੈਣਾ ਕੋਈ ਨਹੀਂ ਨਹੀਂ ਜਦੋਂ ਇਹ ਟਾਇਟ ਹੋਈ ਜਾਣਾ ਅਰੇ ਆਹ ਸਪੇਸਰ ਹੀ ਆ ਇਹ ਗਲਨੇ ਨੂੰ ਟੁੱਟੀ ਜਾਣਾ ਅਤੇ ਲਓ ਵੀ ਮਿੱਤਰੋ ਨੂਰ ਕੋਲ ਪਿਆ ਸੀਗਾ ਜੌਂਡੀਅਰ ਦਾ ਅਤੇ ਆਪਾਂ ਹੁਣ ਜੌਂਡੀਅਰ ਵਾਲਾ ਲਾ ਕੇ ਦੇਖਦੇ ਹਾਂ ਆਪਣਾ ਤਾਂ ਆਪਾਂ ਖੋਲਤਾ ਸੀਗਾ ਚਲਾਇਓ ਸਰ ਸਟਾਰਟ ਕਰਿਓ ਮਾੜੀ ਰੇਸ ਲਓ ਵੀ ਮਿੱਤਰੋ ਅਤੇ ਬਾਕੀ ਆਪਾਂ CNH ਦਾ ਇੱਕ ਵਾਰੀ ਤੁਹਾਨੂੰ ਲਾ ਕੇ ਦਿਖਾਵਾਂਗੇ ਇੱਕ ਵਾਰੀ ਲਾ ਕੇ ਦਿਖਾਵਾਂਗੇ ਉਹ ਅਤੇ ਬਸ ਫਿਰ ਓਰੀਜਨਲ ਕਸ ਦਾਂਗੇ ਫਿਰ ਮੈਂ ਸੋਚਦਾ ਜਾਂ ਮੈਂ ਓਰੀਜਨਲ ਆਪਾਂ ਨਵਾਂ ਲਾ ਦਈਏ ਦੱਤਾ ਕਿਉਂ ਲਾਈਏ ਇਹਨੂੰ ਹਾਏ ਤੱਤਾ ਹਾਏ ਤੱਤਾ ਜਾਂ ਆਪਾਂ ਓਰੀਜਨਲ ਲਾ ਦਾਂਗੇ ਜਾਂ ਫਿਰ CNH ਦਾ ਮੇਰੀ ਦੋਨਾਂ 'ਚ ਇੱਕ ਦੀ ਸਲਾਹ ਹੈਗੀ ਪੱਪੀ ਲਾ ਦਈਏ ਹੈ ਨਾ ਆਹ ਥੋੜ੍ਹਾ ਜਿਹਾ ਕੰਡਮ ਆ ਯਾਰ ਮੈਂ ਤਾਂ ਲਾਵਾਂ ਦੇਖੋ ਇਹ ਪਹਿਲਾਂ ਟੁੱਟ ਗਿਆ ਸੀਗਾ ਅਤੇ ਬੈਲਟ ਬੁਲਟ ਕਰਾਇਆ ਹੋਇਆ ਅਤੇ ਬਾਕੀ ਪੁਰਾਣਾ ਹੋ ਗਿਆ ਸਰ ਲਹਿਗਾ ਓਰੀਜਨਲ
ਆ ਤਾਂ 2200 ਦਾ ਗਾ ਜਿਹੜਾ ਓਰੀਜਨਲ ਸਵਰਾਜ ਦਾ ਗਾ ਉਹ ਹੈਗਾ ਗਾ 1300 ਦਾ ਆ ਲਿਆ ਦੇਖਦੇ ਹਾਂ ਬਾਕੀ ਕਿਵੇਂ ਗੱਲ ਮੰਨਦਾ ਤਰ ਆਪਾਂ ਹੁਣ ਬਿਨਾਂ ਸਲੰਸਰ ਤੁਹਾਨੂੰ ਆਵਾਜ਼ ਸੁਣਾਉਂਦੇ ਹਾਂ ਇਹਦੀ ਮਿੱਠੀ ਮਿੱਠੀ ਜੀ ਸੀਟੀ ਮੰਗ ਇੱਕ ਮਿੰਟ ਵਿੱਚੋਂ ਪਹਿਲਾਂ ਤੁਹਾਨੂੰ ਮੈਂ ਕਾਲ ਕਾਲ ਸੇ ਦਿਖਾਵਾਂ ਦੇਖੋ ਹੁਣ ਹੋਰ ਦੇਖ ਵਿੱਚ ਮਾੜੇ ਅਤੇ ਤਿੱਖੀ ਆਵਾਜ਼ ਆ ਮਿੱਤਰੋ ਇਹਦੀ ਤਿੱਖੀ ਜਿਵੇਂ ਅਤੇ ਮਿੱਤਰੋ ਸਲੰਸਰ ਆਪਾਂ ਲਾ ਲਿਆ ਅਤੇ ਇਹਦੀ ਆਵਾਜ਼ ਸੁਣਾਉਂਦੇ ਸਾਨੂੰ ਸੁਣਾਓ ਵੀਰੇ ਚਲਾਓ ਦਹੀਂ ਰੇਸ ਮਾੜੀ ਅਤੇ ਇਹਦੀ ਮਿੱਤਰੋ ਥੋੜ੍ਹੀ ਫੋਰਸ ਜੀ ਆਵਾਜ਼ ਬਣਾਉਂਦਾ ਇਹ ਜਿਵੇਂ ਫਰਾਟਾ ਥੋੜ੍ਹਾ ਜਿਹਾ ਕੈੜਾ ਜਿਵੇਂ ਆਪਾਂ ਕਹਿੰਦੇ ਕੈੜਾ ਫਰਾਟਾ ਫਰ ਫਰ ਓਕੇ ਬੇਸ ਆ ਵੀਰੇ 'ਚ ਅਤੇ ਹੁਣ ਆਹ ਰਹਿ ਗਿਆ ਬਸ ਆਪਾਂ ਆਹ ਵੀ ਤੁਹਾਨੂੰ ਦਿਖਾਉਂਦੇ ਹਾਂ आवाज सिंपल जी एक आवाज है मतलब बाली बाली आवाज चेंज नहीं कर दिया तो भी मित्रों काम हो गया कंप्लीट लग गए ਅਤੇ 100 ਰੁਪਏ ਗਏ ਉੱਤੇ ਅਤੇ ਚਲੋ ਫਿਰ ਚੱਲਦੇ ਹਾਂ ਹੁਣ ਘਰ ਲੈ ਚੱਲਦੇ ਟਰੈਕਟਰ ਆਪਾਂ ਕੋਈ ਮਿੱਤਰੋ ਤੁਸੀਂ ਲਾਈਟਾਂ ਦੇਖ ਲਈਆਂ ਅਤੇ ਲਾਈਟਾਂ ਤੁਹਾਨੂੰ ਕਿਵੇਂ ਲੱਗੀਆਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਹੜੇ ਚੈਨਲ 'ਤੇ ਨਵੇਂ ਆਏ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਹੁਣ ਆਪਾਂ ਪੈਰਲਰ ਦੀ ਵੀਡੀਓ ਬਣਾਇਆ ਕਰਾਂਗੇ ਸਵਰਾਜ ਅਤੇ ਬੁਲਟ ਦੀ ਮੋਡੀਫਿਕੇਸ਼ਨ ਦੀ ਤਾਂ ਜਿਹੜੇ ਚੈਨਲ 'ਤੇ ਨਵੇਂ ਨੇ ਚੈਨਲ ਨਾਲ ਜੁੜ ਜਾਓ ਅਤੇ ਇੱਦਾਂ ਦੀ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਓਕੇ ਬਾਏ ਧੰਨਵਾਦ ਮਿਲਦੇ ਹਾਂ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਅਤੇ ਲਓ ਵੀ ਮਿੱਤਰੋ ਸਵੇਰ ਹੋ ਗਈ ਗੁੱਡ ਮੋਰਨਿੰਗ ਸਾਰਿਆਂ ਨੂੰ ਅਤੇ ਹੁਣ ਦੇਖੋ ਕਲਰ ਥੋੜ੍ਹਾ ਜਿਹਾ ਔਡ ਆ ਜੇ ਕਲਰ ਸਿਲਵਰ ਜਾਂ ਬਲੈਕ ਹੁੰਦਾ ਨਾ ਸਹੀ ਹੋ ਜਾਂਦਾ ਉਹ ਆਪਾਂ ਕਰ ਦਾਂਗੇ ਸਪਰੇਅ ਮਾਰ ਦਾਂਗੇ